ਅੱਜ ਜਿਹੜੇ ਮੰਨ ਯੋਗ ਪੰਜਾਬ ਸਰਕਾਰ ਵੱਲੋਂ ਜਿਹੜੇ ਹੁਕਮ ਹੋਏ ਸੀਗੇ ਉਹਦੇ ਤਹਿਤ ਮੈਂ ਜ਼ਿਲ੍ਹਾ ਰੋਪੜ ਦਾ ਚਾਰਜ ਬਤੌਰ SSP ਸਾਂਭਿਆ ਹੈਗਾ। ਮੇਰੀ ਪ੍ਰਾਇਓਰਿਟੀ ਹਮੇਸ਼ਾ ਹੀ ਜਿਹੜੀ ਹੈਗੀ ਇੱਕ ਪਬਲਿਕ ਫਰੈਂਡਲੀ ਪੁਲਿਸਿੰਗ ਦੀ ਹੈਗੀ ਹੈ। ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਤੁਹਾਡੇ ਰਾਹੀਂ ਜਾਂ ਪਬਲਿਕ ਰਾਹੀਂ ਸਾਨੂੰ ਪਤਾ ਲੱਗਦੀਆਂ ਰਹਿਣਗੀਆਂ, ਆਪਾਂ ਉਹਨਾਂ ਦਾ ਜਿਹੜਾ ਹੈਗਾ ਲਗਾਤਾਰ ਸਮਾਧਾਨ ਕਰਦੇ ਰਹਾਂਗੇ। ਵੀ ਵੁੱਡ ਲਾਈਕ ਕਿ ਸਾਡੇ ਨਾਲ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜਾ ਹੈ ਪਬਲਿਕ ਸ਼ੇਅਰ ਕਰੇ ਤਾਂ ਜੋ ਆਪਾਂ ਉਹਦੇ 'ਤੇ ਕਾਰਵਾਈ ਕਰ ਸਕੀਏ। ਇਸ ਤੋਂ ਇਲਾਵਾ ਹੁਣ ਮੈਂ ਏਰੀਆ ਵਿਜ਼ਿਟ ਕਰਨੀ ਹੈਗੀ ਹੈ। ਏਰੀਆ ਵਿਜ਼ਿਟ ਕਰਨ ਤੋਂ ਬਾਅਦ ਕਿਹੜੇ ਏਰੀਏ ਵਿੱਚ ਕਿਸ ਤਰੀਕੇ ਦੀ ਪੁਲਿਸ ਦੀ ਇੰਟਰਵੈਂਸ਼ਨ ਦੀ ਲੋੜ ਹੈਗੀ ਹੈ, ਕਿਤੇ ਹੋ ਸਕਦਾ ਪੈਟਰੋਲਿੰਗ ਵਧਾਉਣ ਦੀ ਲੋੜ ਹੋਵੇ, ਕਿਤੇ ਨਾਕਾ ਲਾਉਣ ਦੀ ਲੋੜ ਹੈਗੀ ਹੈ, ਕਿਸੇ ਏਰੀਏ ਵਿੱਚ ਕੈਮਰੇ ਵਗੈਰਾ ਲਗਵਾਉਣ ਦੀ ਲੋੜ ਹੋ ਸਕਦੀ ਹੈ, ਕੁਝ ਏਰੀਆ ਟ੍ਰੈਫਿਕ ਦੇ ਵਾਸਤੇ ਕੰਜਸਟਡ ਹੋ ਸਕਦੇ ਹੈਗੇ ਨੇ, ਉਹ ਸਾਰਾ ਕੁਝ ਜਿਹੜਾ ਹੈਗਾ ਵਰਕਆਊਟ ਕਰਾਂਗੇ ਔਰ ਸਿਵਲ ਪ੍ਰਸ਼ਾਸਨ ਨੂੰ ਨਾਲ ਲੈ ਕਰਕੇ ਉਹਨਾਂ ਦਾ ਜਿਹੜਾ ਆਪਾਂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੇ। ਮਾਈਨਿੰਗ ਦੇਖੋ ਜੀ, ਜਿਹੜੀ ਮਾਈਨਿੰਗ ਹੈਗੀ ਹੈ ਲੀਗਲ ਮਾਈਨਿੰਗ ਸ਼ੁੱਡ ਬੀ ਅਲਾਊਡ ਔਰ ਉਹਦੇ ਵਿੱਚ ਕਿਸੇ ਤਰੀਕੇ ਦਾ ਕੋਈ ਅੜਚਨ ਨਹੀਂ ਆਉਣੀ ਚਾਹੀਦੀ ਹੈ, ਦੈਟ ਵੀ ਵਿਲ ਇਨਸ਼ੋਰ। ਔਰ ਜਿਹੜੀ ਇਲੀਗਲ ਮਾਈਨਿੰਗ ਹੈਗੀ ਹੈ ਜੋ ਨਜਾਇਜ਼ ਹੋ ਰਹੀ ਹੈ ਉਹਨੂੰ ਬਿਲਕੁਲ ਪੂਰੀ ਤਰੀਕੇ ਦੇ ਨਾਲ ਰੋਕਾਂਗੇ। ਆਲਰੇਡੀ ਟੋਲਡ ਕਿ ਮੈਂ ਜਿਹੜਾ ਏਰੀਆ ਕਿਸ ਹਿਸਾਬ ਨਾਲ ਕਿਸ ਏਰੀਏ ਨੂੰ ਕਿਸ ਤਰੀਕੇ ਦੇ ਪੁਲਿਸ ਇੰਟਰਵੈਂਸ਼ਨ ਦੀ ਲੋੜ ਹੈਗੀ ਹੈ। ਹਾਈਵੇ ਹੈਗਾ, ਉੱਥੇ ਓਵਰਲੋਡਿੰਗ ਦੀ ਸ਼ਿਕਾਇਤ ਆ ਸਕਦੀ ਹੈ, ਕਿਤੇ ਹੋ ਸਕਦਾ ਹੈ ਕ੍ਰਾਈਮ ਪ੍ਰੋਨ ਹੈਗਾ, ਉੱਥੇ ਆਪਾਂ ਨੂੰ ਕੋਈ ਨਾਕਾ ਲਾਉਣ ਦੀ ਲੋੜ ਹੋ ਸਕਦੀ ਹੈ, ਕਿਤੇ ਟ੍ਰੈਫਿਕ ਦੀ ਸਮੱਸਿਆ ਹੋ ਸਕਦੀ। ਅਲੱਗ ਅਲੱਗ ਏਰੀਏ ਦੀ ਅਲੱਗ ਅਲੱਗ ਨੀਡਸ ਹੈਗੀਆਂ ਨੇ। ਪਬਲਿਕ ਦੇ ਨਾਲ ਆਪਾਂ ਲਗਾਤਾਰ ਮੀਟਿੰਗਸ ਕਰਾਂਗੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਸਾਡੇ ਕੋਲ ਵੀ ਜਿਹੜੇ ਬੰਦੇ ਇੱਥੇ ਆਉਂਦੇ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਤੁਹਾਡੇ ਸੁਝਾਅ ਲਾਂਗੇ, ਉਹਨਾਂ ਦੇ ਸੁਝਾਅ ਲੈ ਕਰਕੇ ਔਰ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰਾਂਗੇ। ਨਾਈਟ ਪੁਲਿਸ ਡੋਮੀਨੇਟਿੰਗ, ਇਸ ਤੋਂ ਬਾਅਦ ਮੀਟਿੰਗ ਰੱਖੀ ਹੋਈ ਆਪਣੇ ਸਾਰੇ SHOs ਸਾਰੇ GOs ਦੇ ਨਾਲ, ਆਪਾਂ ਜੋ ਹੁਣ ਤੱਕ ਚੱਲ ਰਿਹਾ ਹੈਗਾ ਉਸ ਚੀਜ਼ ਨੂੰ ਡਿਸਕਸ ਕਰਕੇ ਔਰ ਟਰਾਈ ਕਰਾਂਗੇ ਕਿ ਰਾਤ ਨੂੰ ਵੀ ਜਿਹੜੀ ਪੁਲਿਸ ਦੀ ਪ੍ਰੈਜੈਂਸ ਹੈਗੀ ਹੈ ਉਹ ਵੱਧ ਤੋਂ ਵੱਧ ਹੋਵੇ ਔਰ ਜਿਹੜੀ ਪਬਲਿਕ ਨੂੰ ਇੱਕ ਸੈਂਸ ਆਫ ਜਿਹੜਾ ਸਿਕਿਉਰਿਟੀ ਹੈਗਾ, ਸੈਂਸ ਆਫ ਡੋਮੀਨੇਸ਼ਨ ਹੈਗਾ, ਉਹ ਉਹਨਾਂ ਨੂੰ ਨਜ਼ਰ ਆਵੇ। ਤੁਹਾਨੂੰ ਇਸ ਬਾਰੇ ਕਿਹਾ ਹੈਗਾ ਕਿ ਇਹ ਇਲਾਕੇ ਦਾ ਹੁਣ ਮੈਂ ਵਿਜ਼ਿਟ ਕਰਨਾ ਹੈਗਾ, ਮੀਟਿੰਗਸ ਕਰਨੀਆਂ ਹੈਗੀਆਂ ਨੇ ਔਰ ਜਿਸ ਇਲਾਕੇ ਨੂੰ ਜਿਸ ਤਰੀਕੇ ਦੀ ਨੀਡ ਹੋਏਗੀ ਉਸ ਤਰੀਕੇ ਦੀ ਨੀਡ ਜਿਹੜੀ ਹੈਗੀ ਉਹਦੀ ਫੁਲਫਿਲ ਕੀਤੀ ਜਾਊਗੀ। ਪਬਲਿਕ ਨੂੰ ਮੇਰੇ ਵੱਲੋਂ ਇੱਕੋ ਹੀ ਮੈਸੇਜ ਹੈਗਾ, ਇੱਕ ਮੈਂ ਗੱਲ ਕਹਿਣਾ ਚਾਹੁੰਦਾ ਹੈਗਾ, ਮੈਂ ਪਹਿਲਾਂ ਵੀ ਕਿਹਾ ਕਿ ਮੈਂ ਪਬਲਿਕ ਫਰੈਂਡਲੀ ਜਿਹੜੀ ਹੈਗੀ ਹੈ ਪੁਲਿਸਿੰਗ ਦੀ ਅਪਰੋਚ ਰੱਖਦਾ ਰਿਹਾ ਹੈਗਾ ਔਰ ਮੈਂ ਇਹ ਮੰਨਦਾ ਹੈਗਾ ਕਿ ਪਬਲਿਕ ਜਿਹੜੀ ਹੈਗੀ ਅੱਖ ਅਤੇ ਕੰਨ ਹੈਗਾ ਪੁਲਿਸ ਦਾ। ਸਾਡੀ ਨਫਰੀ ਲਿਮਿਟਡ ਹੋ ਸਕਦੀ ਹੈ ਬਟ ਯੂ ਆਰ ਆਲਵੇਜ਼ ਐਵਰੀਵੇਅਰ ਅਤੇ ਸਾਡੇ ਨਾਲ ਵੱਧ ਤੋਂ ਵੱਧ ਇਨਫੋਰਮੇਸ਼ਨ ਸਾਂਝੀ ਕਰੋ, ਸਾਡੇ ਨੰਬਰਾਂ ਦੇ ਉੱਤੇ ਸਾਂਝੀ ਕਰੋ, 112 'ਤੇ ਸਾਂਝੀ ਕਰੋ ਤਾਂ ਜੋ ਆਪਾਂ ਉਹਦੇ 'ਤੇ ਕਾਰਵਾਈ ਕਰ ਸਕੀਏ ਔਰ ਜਿੱਥੇ ਜਿੱਥੇ ਜੋ ਜੋ ਪ੍ਰੋਬਲਮ ਆ ਰਹੀ ਹੈ ਉਸ ਪ੍ਰੋਬਲਮ ਨੂੰ ਜਿਹੜਾ ਹੈਗਾ ਪੂਰੀ ਤਰੀਕੇ ਦੇ ਨਾਲ ਆਪਾਂ ਸੁਲਝਾ ਸਕੀਏ। ਠੀਕ।